ਕਿਉਂ ਸ਼ੌਕਤ ਕੀ ਬਣਾ ਤੇਰੇ ਪੇਪਰ ਦਾ ਜਿਹੜਾ ਚੰਡੀਗੜ੍ਹ ਦੇ ਕੇ ਆਇਆ ਸੀਗਾ ਕੀ ਗੱਲ ਹੋ ਜਾਏਗਾ ਬਸ ਪੇਪਰ ਤਾਂ ਮੈਂ ਦਿਆ ਆ ਪੰਮੇ ਅੱਛਾ ਪੂਰੀ ਤਿਆਰੀ ਨਾਲ ਗਿਆ ਸੀਗਾ ਪਰ ਹੁਣ ਰੱਖਣਾ ਨਾ ਰੱਖਣਾ ਉਹਨਾਂ ਦੀ ਮਰਜ਼ੀ ਆ ਮੈਂ ਤਾਂ ਪੋਸਟਾਂ ਵੀ ਬਹੁਤ ਭਰ ਲਈਆਂ ਅਤੇ ਪੇਪਰ ਵੀ ਬਹੁਤ ਦੇ ਚੁੱਕੇ ਹਾਂ ਮੇਰੀ ਤਾਂ ਉਮਰ ਵੀ ਦੇਖ ਲਾ ਇੰਨੀ ਹੋ ਗਈ ਵਿਆਹ ਦੀ ਉਮਰ ਵੀ ਟੱਪਦੀ ਜਾਂਦੀ ਆ ਹੋਰ ਯਾਰ ਬਾਈ ਪੰਮੇ ਤੂੰ ਆਪੇ ਦੇਖ ਯਾਰ ਆਪਣੇ ਵਰਗੇ ਮੁੰਡੇ ਕੁੜੀਆਂ ਤੋਂ ਸਰਕਾਰ ਨੇ ਕਿੰਨਾ ਪੈਸਾ ਇਕੱਠਾ ਕਰਿਆ ਹੈ ਨਾ ਬਹੁਤ ਕਰ ਲਿਆ ਬਾਈ ਬੰਦਾ ਰੱਖਣਾ 1100 ਪੋਸਟ ਭਰੀਏ 2 ਲੱਖ ਨੇ ਹੈ ਨਾ ਹੁਣ ਤੂੰ ਹੀ ਦੇਖ ਮਿਲ ਜੂਗੀ ਨੌਕਰੀ ਨਾ ਬਾਈ ਜਿੱਥੇ ਤੱਕ ਮੈਨੂੰ ਲੱਗਦਾ ਮੁਸ਼ਕਲ ਆ ਕੰਮ ਮਿਲਦੀ ਨਹੀਂ ਹੈਗੀ ਨੌਕਰੀ ਕਿਉਂ ਪਤਾ ਕਿਉਂ ਕਿਉਂਕਿ ਹੁਣ ਰਿਸ਼ਵਤ ਬਹੁਤ ਚੱਲਦੀ ਹੈਗੀ ਠੀਕ ਹੈ ਸਿਫਾਰਸ਼ ਚੱਲਦੀ ਹੈਗੀ ਤਾਂ ਮਿਲੂਗੀ ਨੌਕਰੀ ਹੁਣ ਥੋੜ੍ਹਾ ਮਿਲੂਗੀ ਯਾਰ ਮੇਰਾ ਦਿਲ ਤਾਂ ਐਵੇਂ ਕਰਦਾ ਵੀ ਆਹ ਦੇਸ਼ ਛੱਡ ਕੇ ਆਹ ਸਰਕਾਰਾਂ ਛੱਡ ਕੇ ਕਿਤੇ ਇਹੋ ਜਿਹੀ ਜਗ੍ਹਾ 'ਤੇ ਵਗ ਜਾ ਸ਼ਾਂਤ ਜਗ੍ਹਾ 'ਤੇ ਵੀ ਜਿੱਥੇ ਕੋਈ ਨਾ ਹੋਵੇ ਨਾ ਸਰਕਾਰਾਂ ਹੋਣ ਕੁਛ ਵੀ ਨਾ ਹੋਵੇ ਯਾਰ ਹੈ ਨਾ ਆਹ ਗੱਲ ਤੇਰੀ ਬਾਈ ਸਹੀ ਹੈਗੀ ਮੇਰਾ ਵੀ ਦਿਲ ਐਂ ਕਰਦਾ ਯਾਰ ਵੀ ਕਿਤੇ ਇਹੋ ਜਿਹੀ ਜਗ੍ਹਾ 'ਤੇ ਡਿੱਗ ਜਾ ਕੇ ਇਹੋ ਜਿਹੀ ਜਗ੍ਹਾ 'ਤੇ ਚੱਲ ਜਾ ਬਸ ਜਿੱਥੇ ਕੋਈ ਰੌਲਾ ਰੱਪਾ ਨਾ ਹੋਵੇ ਕੋਈ ਆਹ ਲੜਾਈਆਂ ਪੜ੍ਹਾਈਆਂ ਸਹੀ ਨਾ ਹੋਵੇ ਕੋਈ ਸਰਕਾਰ ਨਾ ਹੋਵੇ ਕੋਈ ਮੋਦੀ ਨਾ ਹੋਵੇ ਹਾਂ ਆਹ ਇੱਥੇ ਤਾਂ ਗੰਦੀਆਂ ਸਰਕਾਰਾਂ ਨੇ ਆਪਣਾ ਨਾਸ ਮਾਰਿਆ ਪਿਆ ਸਹੀ ਗੱਲ ਆ ਕੀ ਦੱਸੀਏ ਯਾਰ ਉਹ ਚੱਲ ਛੱਡ ਯਾਰ ਇਹ ਤਾਂ ਸੁਪਨੇ ਹੀ ਨੇ ਕਿੰਨੇ ਮਰਜ਼ੀ ਦੇਖ ਲੈ ਉਹ ਹੋਰ ਬਾਈ ਯਾਰ ਕਿੱਧਰ ਜਾਈਏ ਕਿੱਧਰ ਮਰੀਏ ਯਾਰ ਕੋਈ ਕੰਮ ਹੀ ਨਹੀਂ ਮਿਲਦਾ ਹੈਗਾ ਐਂ ਸਾਰਾ ਦਿਨ ਸੁੱਤੇ ਰਹਿੰਦੇ ਹੈਗੇ ਕਦੇ ਪੈ ਜਾ ਕਦੇ ਉੱਠ ਜਾ ਕਦੇ ਪੈ ਜਾ ਕੋਈ ਕੰਮ ਨਹੀਂ ਮਿਲਦਾ ਕੋਈ ਪ੍ਰਾਈਵੇਟ ਕੰਮ ਨਹੀਂ ਰੱਖਦਾ ਹੈਗਾ ਆਹ ਲੋਕਡਾਊਨ ਨੇ ਤਾਂ ਸਾਰੇ ਦੇਸ਼ ਦਾ ਆਪਣਾ ਨਾਸ਼ ਮਾਰ ਕੇ ਰੱਖਤਾ ਬਾਈ ਕੀ ਦੱਸਾਂ ਤੈਨੂੰ ਹੋਰ ਯਾਰ ਚੱਲ ਛੱਡ ਯਾਰ ਚੱਲ ਆਪਾਂ ਖੇਤ ਗੇੜਾ ਮਾਰ ਕੇ ਆਉਂਦੇ ਹਾਂ ਤੇ ਨਾਲੇ ਤੁਰ ਫਿਰ ਆਵਾਂਗੇ ਤੇ ਨਾਲ ਜੀਰੀ ਜੂਰੀ ਦੇਖਾਂਗੇ ਕਿਵੇਂ ਹੋਈ ਹੈਗੀ ਉੱਥੇ ਕੀ ਕਰੇਗਾ ਯਾਰ ਮੈਨੂੰ ਓਏ ਆ ਜਾ ਫਿਰ ਕਿੱਡੀ ਗੱਲ ਆ ਯਾਰ ਚੱਲ ਯਾਰ ਚੱਲਦੇ ਹਾਂ ਲੈ ਵੀ ਸ਼ੌਕਤਾ ਆ ਗਿਆ ਆਪਣੇ ਖੇਤ ਅੱਛਾ ਇਹ ਤੁਹਾਡੇ ਖੇਤ ਨੇ ਬਾਈ ਹਾਂ ਜੀਰੀ ਤਾਂ ਵਧੀਆ ਹੋਈ ਪਈ ਆ ਤੁਹਾਡੀ ਯਾਰ ਪੂਰੀ ਮਿਹਨਤ ਨਾਲ ਬਾਪੂ ਨੇ ਕੰਮ ਕਰਿਆ ਹੋਇਆ ਖੇਤਾਂ ਦੇ ਵਿੱਚ ਤਾਂ ਹੀ ਇੰਨੀ ਵਧੀਆ ਹੋਈ ਹੋਈ ਹੈ ਕਾਹਦੀ ਵਧੀਆ ਜੀਰੀ ਭਰਾਵਾ ਆਹ ਸਾਰੀ ਜੀਰੀ ਦੀ ਕਮਾਈ ਲੋਕਾਂ ਦਾ ਕਰਜ਼ਾ ਲਾਉਣ 'ਤੇ ਲੱਗ ਜੂਗੀ ਹਾਂ ਯਾਰ ਗੱਲ ਤੇਰੀ ਇਹ ਵੀ ਸਹੀ ਹੈ ਜਦੋਂ ਇੱਕ ਵਾਰ ਕਰਜ਼ਾ ਚੜ੍ਹਦੇ ਨਾ ਸਿਰ 'ਤੇ ਫਿਰ ਬੰਦਾ ਨਾ ਆਪਦੇ ਧੀਆਂ ਪੁੱਤਾਂ ਦਾ ਕੁਛ ਕਰ ਸਕੇ ਫਿਰ ਤਾਂ ਬਹੁਤ ਔਖਾ ਹੋ ਜਾਂਦਾ ਗੱਲ ਤੇਰੀ ਇਹ ਸਹੀ ਹੈਗੀ ਚੱਲ ਆਇਆ ਦੇਖ ਸਕੇ ਚਲੋ ਵਧੀਆ ਰੱਬ ਦੀ ਕਿਰਪਾ ਨਾਲ ਟਾਈਮ ਪਾਸ ਹੋ ਜਾਂਦਾ ਇੱਕ ਗੱਲ ਤਾਂ ਹੈ ਨਾ ਸ਼ੌਕਤ ਹਾਂ ਬਾਈ ਆ ਜਿਹੜਾ ਪੰਜਾਬ ਆ ਨਾ ਇੱਕ ਦਿਨ ਜਮੀ ਖਤਮ ਹੋ ਜੂਗਾ ਨਾ ਸਹੀ ਗੱਲ ਆਹ ਮੁੰਡੇ ਕੁੜੀਆਂ ਨੂੰ ਫੋਨਾਂ ਤੋਂ ਵਿਹਲ ਨਹੀਂ ਹੈਗੀ ਤੇ ਆਹ ਜਿਹੜੇ ਆਪਣੇ ਪੰਜਾਬ ਦੇ ਸਿੰਗਰ ਨੇ ਇਹ ਲੱਚਰ ਗਾਣੇ ਗਾਈ ਜਾਂਦੇ ਨੇਗੇ ਇੱਕ ਦਿਨ ਕਹਾਣੀ ਜਮੀ ਖਤਮ ਹੋ ਜੂਗੀ ਹਾਂ ਬਾਈ ਗੱਲ ਤਾਂ ਯਾਰ ਤੇਰੀ ਇਹ ਸਹੀ ਹੈ ਆਹ ਖੂਹ ਬਹੁਤ ਪੁਰਾਣਾ ਯਾਰ ਪੁਰਾਣਾ ਇਹ ਤਾਂ ਬਹੁਤ ਪੁਰਾਣਾ ਗਾ ਮੇਰਾ ਬਾਪੂ ਦੱਸਦਾ ਹੁੰਦਾ ਸੀਗਾ ਕਹਿੰਦਾ ਤੇਰੇ ਪੜਦਾਦੇ ਹੋਰੀ ਸਾਨੂੰ ਕਹਾਣੀ ਸੁਣਾਉਂਦੇ ਹੁੰਦੇ ਸੀਗੇ ਜਿਹੜਾ ਇਹ ਖੂਹ ਆ ਨਾ ਕਿਸੇ ਦਿਨ ਇਹ ਖੂਹ ਦੇ ਉੱਪਰ ਜਿੰਨਾ ਦਾ ਡੇਰਾ ਹੋਇਆ ਕਰਦਾ ਸੀਗਾ ਲੋਕ ਇੱਥੋਂ ਡਰ ਡਰ ਕੇ ਲੰਘਦੇ ਹੁੰਦੇ ਸੀਗੇ ਓ ਯਾਰ ਕਹਾਣੀ ਬਹੁਤ ਵਧੀਆ ਪੰਮੇ ਗੁੱਸਾ ਨਾ ਕਰੀ ਮੇਰੀ ਗੱਲ ਦਾ ਕਹਾਣੀ ਤੇਰੀ ਬਹੁਤ ਵਧੀਆ ਫਿਲਮ ਬਣ ਸਕਦੀ ਆ ਕੋਈ ਤੇ ਲੈ ਤੈਨੂੰ ਮਜ਼ਾਕ ਲੱਗ ਰਹੀ ਹੈ ਯਾਰ ਇਹ ਗੱਲ ਯਾਰ ਤੂੰ ਇੰਨਾ ਪੜ੍ਹਿਆ ਲਿਖਿਆ ਬੰਦਾ ਯਾਰ ਤੂੰ ਮਜ਼ਾਕ ਕੀ ਯਾਰ ਪੰਮੇ ਤੇਰੇ ਤੇ ਹਾਸੀ ਆਉਂਦੀ ਹੈ ਮੈਨੂੰ ਜਾ ਉਹ ਤੈਨੂੰ ਇਹ ਗੱਲ ਮਜ਼ਾਕ ਲੱਗਦੀ ਹੈਗੀ ਮੇਰਾ ਬਾਪੂ ਦੱਸਦਾ ਸੀ ਕਹਿੰਦਾ ਮੈਂ ਕੰਨਾਂ ਵਾਲਾ ਬਾਜਾਂ ਸੁਣੀਆਂ ਨੇ ਤੇ ਰਾਤ ਨੂੰ ਅੱਖਾਂ ਨਾਲ ਦੇਖਿਆ ਹੈਗਾ ਇੱਥੇ ਜਿੰਨ ਭੰਗੜਾ ਪਾਉਂਦੇ ਰਾਤ ਨੂੰ ਉਹ ਯਾਰ ਇੰਨਾ ਪੜ੍ਹਿਆ ਲਿਖਿਆ ਹੋਣ ਦੇ ਬਾਵਜੂਦ ਵੀ ਪੰਮਿਆ ਤੂੰ ਇਹ ਗੱਲਾਂ 'ਤੇ ਵਿਸ਼ਵਾਸ ਰੱਖਦਾ ਗਾ ਇਹ ਕਹਾਣੀ ਤਾਂ ਚੱਲ ਕੋਈ ਮੰਨੀ ਹੈ ਵੀ ਕਹਾਣੀ ਹੈ ਕੋਈ ਫਿਲਮ ਫੁਲਮ ਬਣ ਸਕਦੀ ਹੈ ਇੱਥੇ ਤੂੰ ਤਾਂ ਯਾਰ ਇਹ 'ਤੇ ਵਿਸ਼ਵਾਸ ਕਰੀ ਬੈਠਾ ਗੱਲਾਂ 'ਤੇ ਉਹ ਤੂੰ ਤਾਂ ਉਹੀ ਮਜ਼ਾਕ ਉਡਾਉਣ ਲੱਗ ਗਿਆ ਮੇਰਾ ਯਾਰ ਮੇਰਾ ਬਾਪੂ ਕੋਈ ਝੂਠ ਬੋਲੂਗਾ ਯਾਰ ਉਹ ਪੰਮੇ ਗੱਲਾਂ ਹੀ ਮਜ਼ਾਕ ਵਾਲੀਆਂ ਕਰਦਾ ਤੂੰ ਯਾਰ ਇਹ ਗੱਲਾਂ 'ਤੇ ਕਿਉਂ ਵਿਸ਼ਵਾਸ ਕਰਦਾ ਪੜ੍ਹਿਆ ਲਿਖਿਆ ਤੂੰ ਹੈਗਾ ਗਾ ਹੈ ਇਹ ਤਾਂ ਕਹਾਣੀ ਹੈ ਕੂੰ ਬਣਾਈ ਹੋਈ ਆ ਕਲਪਨਿਕ ਕਹਾਣੀ ਹੈ ਚਲੋ ਨਾਲੇ ਦੇਖ ਲੈਣੇ ਆਪਾਂ ਹਾਕ ਮਾਰ ਕੇ ਤੇਰੇ ਜਿੰਨਾ ਨੂੰ ਕੀ ਪਤਾ ਹੁਣ ਵੀ ਆ ਜਾਣ ਓਏ ਉਹ ਕਿਹੜਾ ਤੇਰੇ ਤਾਏ ਦੇ ਮੁੰਡੇ ਨੇ ਵੀ ਹੁਣ ਤੇਰੇ ਕੋਲ ਆ ਜਾਣਗੇ ਮੈਂ ਦੇਖਦਾ ਲਵਾਂ ਇੱਕ ਵਾਰੀ ਹਾਕ ਮਾਰ ਕੇ ਓ ਜਿੰਨਾ ਓਏ ਆ ਜਾ ਪੰਮਾ ਬਾਈ ਤੁਹਾਨੂੰ ਟੀਕਣ ਲੱਗ ਗਿਆ ਪਿਆ ਓਏ ਆ ਜਾ ਹੋਰ ਦੱਸੋ ਤੁਹਾਡਾ ਪਰਿਵਾਰ ਠੀਕ ਆ ਓਏ ਹੁਣ ਨਹੀਂ ਕੁਛ ਹੈਗਾ ਇੱਥੇ ਰੋਟੀ ਪਾਣੀ ਖਾ ਲੈਂਦੇ ਹੋ ਟਾਈਮ ਨਾਲ ਕਿ ਨਾ ਆ ਜਾ ਮੇਰਾ ਵੀਰ ਆ ਜਾ ਬਾਰੇ ਆ ਜਾ ਜਿੰਨਾ ਜਿੰਨੋ ਐਕਸਕਿਊਜ਼ ਮੀ ਉਹ ਕਿਉਂ ਭਕਾਈ ਮਾਰੀ ਜਾਂਦਾ ਯਾਰ ਨੂੰ ਆ ਮੈਂ ਤਾਂ ਬਾਈ ਬੁਲਾ ਕੇ ਹਟੂੰਗਾ ਹੁਣ ਆ ਜਾ ਬਾਈ ਯਾਰ ਆ ਜਾ ਬਾਹਰ ਮੇਰਾ ਵੀਰ ਓਏ ਆ ਜਾ ਯਾਰ
बापू नाली लियाती साडे नाल पौनी नी आ जाओ केरा तुम छकाइए प्रसादे प्रसुदे रोटी रूटी आ जाओ मेरे बापू का कला लोता पुता ने एक दुध कौन लिया करूगा मेरा बापू चाह कि पिया करूगा मैं ही दुध लिया के दिना ओनू हाँ जी मैं भी कला ही है जी असं खेत बेच दा जी तू कहीं अभी जमीन भी नहीं बेच दी सू माफ कर माफ कर दे जी हूँ एक बार माफ कर दो जी असं कुछ नहीं मांगते थोड़े तो होर थोड़ी सजा एक शर्त से माफ हो सकती है केड़ी शर्त है छेड़ी दसो जी तुसी मेथों कोई तीन मुरादा मंगो मैं थोड़ी तीन मुरादा हो पूरी करांगा जिन्ने तो बंदा घर निकला यार नाले मुरादा नहीं है नाले जान बख्शी है पर एक गल है जेडी तीन मुरादा तुसी मंगोगे ओ थोड़ी एक मिनट च पूरी हो गई बस एक मिनट मिलूगा हां की मंगी है हुण तू भी सोच ला कुछ माड़ा मोटा मैं भी ला दिमाग तू भी ला कौन ने वो तो मोदी तो भी भैड़ को छिड़ते हाँ भाई गल सदरी सही है यार
ਮੰਗ ਲਾ ਹੋਰ ਮਰਾਦਾ ਕਹਿੰਦਾ ਸਾਨੂੰ ਉੱਥੇ ਭੇਜ ਦੇ ਜਿੱਥੇ ਮੋਦੀ ਦਾ ਡਰ ਨਾ ਹੋਵੇ ਕੋਈ ਨਾ ਹੋਵੇ ਆਹ ਲੈ ਸਿਰ ਦੇ ਚਿੱਤਰ ਖੰਭੇ 'ਚ ਨਾ ਸਮਝ ਆਵੇ ਉੱਥਲ ਪੁੱਥਲ ਕਰੀ ਜਾਂਦੇ ਉਹ ਮੈਂ ਤਾਂ ਸਹੀ ਮੁਰਾਦ ਮੰਗੀ ਸੀ ਮੈਨੂੰ ਕੀ ਪਤਾ ਸੀ ਆਹ ਜੰਗਲ 'ਚ ਸਿੱਟ ਦੇਣਗੇ ਮੇਰੇ ਪਤਾ ਨਹੀਂ ਹੁਣ ਆਪਣੇ ਨਾਲ ਕੀ ਕਰਨਗੇ ਹੋਰ ਕੀ ਮੰਗਦਾ ਯਾਰ ਵਧੀਆ ਉਹ ਪੰਜਾਬੀ ਸਿੱਖ ਲੈਣਗੇ ਆਪਾਂ ਨੂੰ ਸੌਖਾ ਹੋ ਜਾਊਗਾ ਓਏ ਓਏ ਆ ਵੀ ਮੰਗ ਸਕਦਾ ਜੀ ਤੂੰ ਵੀ ਹਾਂ ਤੈਨੂੰ ਘਰੇ ਪਹੁੰਚਾ ਦੇ ਹੈਂ ਉਹ ਤੇਰੀ ਓਏ ਤਾਂ ਮੈਨੂੰ ਪਹਿਲਾਂ ਕਿਹਾ ਨਹੀਂ ਦੱਸਿਆ ਤੂੰ ਤਾਂ ਯਾਦ ਨਹੀਂ ਸੀ ਉਹ ਕੋਈ ਨਾ ਰਹਿ ਬਰੂਰੀ ਕਰਦਾ ਸਾਲਾ ਐਵੇਂ ਆ ਜਿਵੇਂ ਤਨਖਾਹ 'ਤੇ ਪੰਜਾਬੀ ਸਿਖਾਉਣ ਆਇਆ ਹੁੰਦਾ ਇਹਨਾਂ ਨੂੰ ਕੋਈ ਨਾ ਰਹਿ ਉਹ ਕਰ ਕੁਝ ਉਹ ਮੈਂ ਕੀ ਕਰਾਂ ਦੇਖ ਲਓ ਮੈਂ ਕੋਸ਼ਿਸ਼ ਕਰਕੇ ਫਿਰਦਾ ਫੋਨ ਵੀ ਲੈ ਗਏ ਉਹ ਖੁੱਲ ਗਿਆ ਲੈ ਬਈ ਕਿਵੇਂ ਬੰਨ ਗਿਆ ਤੁਹਾਨੂੰ ਪਤਾ ਹੈ ਤੁਹਾਡੀ ਭਾਬੀ ਨੇ ਗਿਫਟ ਕਰਿਆ ਸੀ ਮੈਨੂੰ ਮੇਰਾ ਮਤਲਬ ਇਹਦੀ ਭਾਬੀ ਨੇ ਬਾਈ ਪਹਿਲਾਂ ਕਿਸੇ
चीज की हैगी ए फूना फूना तू पंजाबी बोलन लग गयो ओ हां भाई मेनू तो पंजाबी आ गई लगता तेरे दा असर हो गया हां ओ कौन है तुसी दसो हुण ओए ओ पहले तुसी दसो कौन होवे मारे ना बरछा दिल कट के ओ डरो ना असि तेनु बह के दस दे सारी गल इन्हां नु डेर ते लेके चलो 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 अगला देश है जी हाई तुसी उत्तक पहुंचे नहीं जी मैं दसदा जी इन्हें साडे खेतो चिन्न छेड़ लिया जी दसो हाँ तेन पता पता साडे उत्ते मोदी है जी बहुत की करता जी लोगों को थोड़े वांगू राजा है जी वो भी मोदी ठीक है उन्हें बहुत ज्यादा दुखी करे होया सानू जी ठीक है किसी ने कोई नौकरी नहीं मुंडे वेले फिरते ने इसे करके एक दिन सानू जिन टक्कर गया कोई फिर तुसी की इथे अंब लेने आए हो गए थानू दसिया जाना जी सानू मोदी ने बहुत तंग कर रखा जी पहला मैनू ऐ गल दसो ए आ की चीज हैगी इहदे हाथ च चक्की फिरदे होगे ये तो जी फोन आगा फोन करना पूगा ठेकेदारा बोतल दाना रख लिया तेरे ना उत्ते कदरदान मुल पावे वे मैं चढ़ी जवारे ताए उत्ते ठेकेदारा बोतल दाना रख लिया तेरे ना उत्ते कदरदान मुल पावे वे मैं चढ़ी जवारे ताए उत्ते मेरी डुबदी जान बचा लैनी कदे हां कर दे मेरी हां उत्ते कदे किसे चोबर दी शामी नहीं पई मेरी शाए उत्ते अखियां बलौरी तिखियां तारियां खिच के सड़ाइयां ना पाया कर चोबरिए किस विट बनिए मैं पुछ बैठी मंगा तो मेरी निगाह तिलक दी जावे नी तेरे गोल मोल दे अंगा तो की कह के तेनु वाज मार ला डरदी शर्मा संगा हाय नीड़ में खटोले वर्गीए कुड़िए बचिए यार मलंगा तो यारी जान तो प्यार जवानी चढ़ के लोन नू जी कर दवे मेरे हान दिया आई नी पीर मनाउना सौखा सोनी नार मनाउनी औखिया जख्म सियाउना औखा ते तलवार चलाउनी सौखिया इश्क तना विच डुबदी वेड़ी पार लगाउनी औखिया टुट गई यारी तो जिंदड़ी दिन चार बजाउनी औखिया मैं तेरी भुल के गली दे विच वड़ गया काल जा सड़ गया कितने ना चित लगदा नी दस की करिए मेला वाली केकण तेनू कैसी लगदी है सौ छलकाया बोतले उस दे गल विच कंगनी बजदी है ए संदूआ तेरी इस बोतल चो दारू पीती लगदी है ए ता सदा सरूरी रहंदी सोणियो जिस ते रहमत रब दी है चल चलिए टिकाणा मल्लिए जिथे ना कोई जाने ना जात पछाण वे ऐसी थाए उते आ जी भाई गाना आ देख सोणा लग्या ना हुण हां ठीक है हुण ऐ करो सानू जान दो साडे ना पिंड च घरे लॉसमेंटा भी हो गया होणगीया ਹੁਣ ਤਾਂ ਐ ਹੋਊਗਾ ਵੀ ਮਰਮਰਾ ਵੀ ਹੋਣਗੇ ਨਾ ਸਰਦਾਰ ਜਾਨ ਨਾ ਦਿਓ ਜੀ ਇਹਨਾਂ ਨੇ ਨਹੀਂ ਸਾਨੂੰ ਜਾਣਾ ਤਾਂ ਬੰਦੀ ਬਹੁਤ ਵਧੀਆ ਨੇ ਇਹਨਾਂ ਨੂੰ ਜਾਣਾ ਐ ਕਰੋ ਤੁਸੀਂ
कुछ नहीं हुंदा चलो मैं सरदार जी नूं दे देना अरे आपां गंत बंतू बच जांगे चलो असीं जाने चंगा ठीक है भाई अलविदा बला तेरे जिन जिन हठाए थी ओ जिन जी आ जाओ की हो रहा यार थोनू तने मुराद कठिया मांग रहे थे साडी लास्ट मुराद पूरी कर दो तनु घरे बजा दो बस सानू तो अपने घर ही तोड़ दो सानू मोदी ठीक है बस असि तो उठे ही ठीक आंगे चलो ये भी मुराद थोड़ी पूरी की थी लाइक कमेंट अते शेयर जरूर करियो अते जिहड़े नवें बंदे साडी वीडियो नूं देखदे ने साडे चैनल नूं सबसक्राइब जरूर करियो अते बैल आइकन दा बटन भी दबायो ताकि साडियां आउण वालियां होर मूवीज़ तुहाडे तक छेती तों छेती पहुंच सकन।